ऐसा नाम निरंजन हो, ऐसा नाम निरंजन हो, ऐसा नाम, ऐसा नाम निरंजन हो। जेको मन जाने मन कोए, जेको मन जाने मन कोए, जेको मन जाने ऐसा नाम, ऐसा नाम, ऐसा ਸੁਖਰਾਸ ਤਾਂ ਤੋਂ ਵਿਘਨ ਨਾਸ਼ ਕਰਨ ਲੱਗੇ।
ਇਹਦਾ ਇੱਕ ਦਿਨ ਦਾ ਟੋਪ ਹੁੰਦਾ। ਕਹਿੰਦੇ ਜਦੋਂ ਦੀਵਾਲੀ ਹੁੰਦੀ ਹੈ ਸਾਡੇ ਘਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ। ਦੀਵਾਲੀ ਹੁੰਦੀ ਹੈ ਗਿਫਟ ਦਿੱਤੇ ਜਾਂਦੇ ਨੇ, ਵਧਾਈਆਂ ਦਿੱਤੀਆਂ ਜਾਂਦੀਆਂ ਨੇ, ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਲਾ ਕੇ ਖਾਧੀ ਜਾਂਦੇ ਨੇ ਰਾਤ ਨੂੰ। ਫਿਰ ਕਹਿੰਦੇ ਦੀਪ ਮਾਲਾ ਕੀਤੀ ਜਾਂਦੀ ਹੈ, ਦੀਵੇ ਜਲਾਏ ਜਾਂਦੇ ਨੇ, ਉਸ ਦੀਵੇ ਤਾਂ ਕਹਿੰਦੇ ਉਹ ਹੀ ਬੁੱਝ ਜਾਂਦੇ ਬੁੱਝ ਜਾਂਦੇ ਜਦੋਂ ਅਸੀਂ ਜਲਾਉਂਦੇ। ਫਿਰ ਕਹਿੰਦੇ ਕਰਕੇ ਕਲੰਕ ਰਾਤ ਨੂੰ ਆ ਜਾਂਦਾ, ਜਦੋਂ ਸੁਬਾਹ ਦੂਸਰੇ ਦਿਨ ਉੱਠਦਾ ਗੁੱਸੀਆਂ ਨਹੀਂ ਹੁੰਦੀਆਂ। ਕਹਿੰਦੇ ਮਠਿਆਈ ਖਾਧੀ ਹੋਈ ਅਤੇ ਉਹ ਡੱਬੇ ਪੈ ਗਏ ਅਤੇ ਉਹ ਜਿਹੜੇ ਕਾਗਜ਼ ਖਿਲਰੇ ਪੈ ਗਏ ਅਤੇ ਦੀਵੇ ਬੁਝੇ ਪੈ ਗਏ। ਜਿਸ ਤਰ੍ਹਾਂ ਕਹਿੰਦੇ ਦੀਵਾਲੀ ਦੀ ਰਾਤ ਹੈ ਉਸੇ ਤਰ੍ਹਾਂ ਹੀ ਮਨੁੱਖ ਦਾ ਜੀਵਨ ਹੈ ਕਿ ਮਨੁੱਖ ਹੈ ਜਿਸ ਤਰ੍ਹਾਂ ਦੀਵਾਲੀ ਦੀ ਰਾਤ ਦਾ ਇੱਕ ਦਿਨ ਦਾ ਹੀ ਚੌਂਕ ਹੈ ਉਸੇ ਤਰ੍ਹਾਂ ਹੀ ਮਨੁੱਖ ਦੀ ਦੇਹੀ ਇੱਕ ਦਿਨ ਦੀ ਹੈ। ਭਾਈ ਪ੍ਰਤਾਪ ਜੀ ਸਮਝਾਉਣਾ ਕਰਦੇ ਨੇ ਆਧਾਰ ਦੇ ਤੌਰ ਤੇ, ਕਹਿੰਦੇ ਨੇ ਜਿਸ ਤਰ੍ਹਾਂ ਇੱਕ ਕਹਿੰਦੇ ਫੁੱਲ ਹੈ ਜਦੋਂ ਫੁੱਲ ਖਿੜਦਾ ਹੈ, ਕਹਿੰਦੇ ਫੁੱਲ ਖਿੜਦਾ ਹੈ ਤਾਂ ਸਭਨਾਂ ਨੂੰ ਸੋਹਣਾ ਲੱਗਦਾ ਅਤੇ ਮਾਲੀ ਉਹਨਾਂ ਨੂੰ ਤੋੜ ਕੇ ਲੈ ਜਾਂਦਾ ਅਤੇ ਉਹ ਫੁੱਲ ਦਾ ਕਿੰਨਾ ਕੁ ਜੀਵਦਾ ਪੰਜ ਸੱਤ ਘੰਟੇ, ਉਸ ਤੋਂ ਬਾਅਦ ਉਹਨਾਂ ਦਾ ਆਲਣਾ ਤਾਂ ਚੱਕ ਕੇ ਬਾਹਰ ਭੇਜਦੇ। ਜਿਸ ਤਰ੍ਹਾਂ ਕਲੀ ਹੈ, ਕਲੀ ਕਹਿੰਦੇ ਉਸਨੂੰ ਤੋੜ ਕੇ ਪਾਣੀ ਖਾਓ। ਅਸੀਂ ਵੀ ਜਿੰਨਾ ਕੁ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ ਕਿਉਂਕਿ ਜੋ ਸਮਾਂ ਲੱਗ ਚੁੱਕਿਆ ਉਹ ਤਾਂ ਨਹੀਂ ਹਰ ਸਮਾਂ ਸਾਡੇ, ਕਿਉਂਕਿ ਭਾਈ ਨੰਦ ਲਾਲ ਜੀ ਕਹਿੰਦੇ ਨੇ ਆਗੇ ਸਮ ਕਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ। ਜੋ ਬੀਤ ਗਿਆ ਸਮਾਂ ਉਸਨੂੰ ਭੁਲਾ ਕੇ ਗੁਰੂ ਚਰਨਾਂ ਦੇ ਵਿੱਚ ਨਿਪੁੜ ਜਾਈਏ, ਅੰਮ੍ਰਿਤਧਾਰੀ ਹੋ ਜਾਈਏ ਤਾਂ ਜੋ ਸਾਡਾ ਰਹਿੰਦਾ ਜੀਵਨ ਹੈ ਉਹ ਵੀ ਸਾਨੂੰ ਸੰਸਾਰ ਦੇ ਵਿੱਚ ਉਤਾਰ ਕੇ ਲੈ ਜਾਵੇ, ਸਾਨੂੰ ਸਾਨੂੰ ਪ੍ਰਭੂ ਪਰਮਾਤਮਾ ਜੋ ਲਾਭ ਕਹਿੰਦੇ ਦੁਨੀਆਂ ਦੇ ਵਿੱਚ ਇੰਨਾ ਗੱਲ ਸੋਚਦੇ ਨੇ ਦੁਨੀਆਂ ਦੇ ਵਿੱਚ ਉਹ ਸਾਡਾ ਸਰੀਰ ਜਾਣ ਵਿੱਚ ਸਾਡਾ ਸਾਥ ਛੱਡ ਗਿਆ ਕਿ ਜੇ ਸਾਡੀ ਕਮਾਈ ਕੋਈ ਬਹੁਤ ਚੱਕੀ ਹੈ ਉਹਦਾ ਵੀ ਸਾਡਾ ਕੀ ਹਿਸਾਬ, ਕਿਉਂਕਿ ਉੱਥੇ ਤਾਂ ਇੱਕੋ ਹੀ ਲੋਕ ਜਾਣੀ ਹੈ ਕਿਸੇ ਤੌਰ ਤੇ ਉਸ ਪ੍ਰਭੂ ਪਰਮਾਤਮਾ ਨੇ ਜੋ ਸਾਨੂੰ ਕਿਹਾ ਨਾਮ ਰੂਪ ਦੇ ਨਾਮ ਸਰਪਣ ਕਰਿਆ ਹੈ ਰਾਮ ਕੇ ਉਹ ਨਾਮ ਕੇ ਜਾਗੋ ਬਹੁ ਪਰਿਵਾਰ ਸਾਰ, ਕਿਉਂਕਿ ਇੱਕ ਸੰਸਾਰ ਦੇ ਇੱਕ ਸੁਪਨੇ ਸੰਸਾਰ ਦੇ ਇੱਕ ਸੁਪਨੇ ਦੀ ਤਰ੍ਹਾਂ ਹੀ ਹੈ ਜਿੰਨਾ ਸਾਨੂੰ ਸਮਾਂ ਪ੍ਰਾਪਤ ਹੋਇਆ ਹੈ ਅੱਜ ਅਸੀਂ ਸਰਹੱਦ ਵੀ ਦੇਖਦੇ ਨਹੀਂ ਪਹੁੰਚੇ ਹਾਂ। ਇਹ ਹੈ ਕਿ ਅਸੀਂ ਇਸ ਨੂੰ ਕੁਝ ਨਾ ਕੁਝ ਸਿੱਖ ਕੇ ਜਾਈਏ, ਸਿੱਖਿਆ ਪ੍ਰਾਪਤ ਕਰਕੇ ਜਾਈਏ, ਉਸ ਪ੍ਰਭੂ ਪਰਮਾਤਮਾ ਦੇ ਨਾਲ ਵਾਅਦਾ ਕਰੀਏ, ਕਿਉਂਕਿ ਅਸੀਂ ਪਹਿਲਾਂ ਵੀ ਇੱਕ ਵਾਰੀ ਵਾਅਦਾ ਕਰਿਆ ਜਿਸ ਟਾਈਮ ਸਾਡਾ ਚਾਲੂ ਹੋਣਾ ਸੀ, ਕਿਉਂਕਿ ਅਸੀਂ ਮਾਤਾ ਦੇ ਰੂਪ ਦੇ ਵਿੱਚ ਸੀ, ਅਸੀਂ ਪ੍ਰਭੂ ਪਰਮਾਤਮਾ ਬੇਨਤੀ ਕਰਦੇ ਸੀ ਮੇਰੀ ਮੇਰੀ ਕਰਕੇ ਜਾ ਚੁੱਕੇ ਹੋ ਸਾਇਰ ਗੁਰੂ ਬਜੰਗ ਬੁਲਾਇਓ ਇਸ ਸੰਸਾਰ ਦੇ ਵਿੱਚ ਅਸਤ ਹੋ ਗਿਆ, ਹਜੇ ਵੀ ਸਮਾਂ ਅਸੀਂ ਸੰਭਲ ਜਾਈਏ, ਜੇ ਅਸੀਂ ਸੰਭਲ ਜਾਵਾਂਗੇ ਬੰਦਿਆਂ ਦੀ ਤਰ੍ਹਾਂ, ਕਿਉਂਕਿ ਜੋ ਜੀਵ ਇੱਥੇ ਆਇਆ ਉਹ ਚੱਲ ਜਾਏ, ਜਿਹੜਾ ਜੀਵ ਇਸ ਦੁਨੀਆਂ ਦੇ ਵਿੱਚ ਆਇਆ ਸੀ ਉਹ ਤਾਂ ਹੁਣ ਚਲਿਆ ਗਿਆ ਹੈ, ਉਹ ਉਸਦੀਆਂ ਚੰਗੀਆਂ ਸਿੱਖਾਵਾਂ ਨੂੰ ਅਸੀਂ ਧਾਰਤੀ ਬਣੀਏ, ਉਹਦੀਆਂ ਚੰਗੀਆਂ ਸਿੱਖਾਵਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਈਏ ਤਾਂ ਹੀ ਸਾਡਾ ਜੀਵਨ ਹੈ ਜਿਹੜਾ ਉਹ ਸਫਲ ਹੋ ਸਕਦਾ ਹੈ ਤੇ ਇੱਥੇ ਆਉਣਾ ਸਾਡਾ ਸਾਰਾ ਧੰਨਵਾਦ ਹੈ। ਆਓ ਭਾਈ ਸਭ ਪੜ੍ਹ ਕੇ ਸਰਹੱਦ ਦੇ ਰੂਪ ਦੀ ਸਭ ਪੜ੍ਹੀਏ, ਸਭਨਾਂ ਦੇ ਨਾਲ ਉਹਨਾਂ ਦਾ ਸਤਿਕਾਰ ਵੀ ਕਰਨਾ ਹੈ ਅਤੇ ਇਹ ਜਿਹੜੀਆਂ ਗੱਲਾਂ ਜੋ ਵੀ ਸਾਡੇ ਵਿਚਾਰ ਨੇ ਦਿਲ ਦੇ ਵਿੱਚ ਸਾਰ ਰੱਖਣਾ ਹੈ ਅਤੇ ਸਾਡੇ ਜੀਵਨ ਦੇ ਵਿੱਚ ਜਿਹੜੀਆਂ ਸਰਜਣ ਮੇਰੇ ਰੰਗ
Oh,
बहुत
ਜੀ ਕੋ ਧੋਣ ਲੱਗੀਆਂ ਗੁਰੂ ਕੋ ਵਰਤਾਉਣ ਦੀ ਆਗਿਆ ਹੋਏ ਉੱਤੇ ਰੂਪ ਮੁਖੋ ਵਾਹਿਗੁਰੂ ਵਾਹਿਗੁਰੂ ਜੰਦੇ ਪੁੱਤੇ ਪਾਸ਼ਾਹੋਤਾ ਜਿਹਾ ਦੱਸੇ ਕਰੋ ਗਾਉਂਦੀਆਂ ਧੋਣ ਪ੍ਰਵਾਨ ਆਪ ਜੀ ਦੀ ਪਵਿੱਤਰ ਬਾਣੀ ਵਿੱਚੋਂ ਪਵਿੱਤਰ ਹੁਕਮ ਹਮਾਂ ਦੀ ਆਸ਼ੀਸ਼ ਕਰੋ ਸਭਾ ਸੰਤਾਂ ਨੂੰ ਮਾਦਰੀ ਮਦ ਨਿਹਾਲ ਪ੍ਰਭੂ ਜੋ ਆਪ ਜੀ ਦੇ ਦੱਸੇ ਆਪਣੀ ਰਾਜੀ ਖੁਸ਼ੀ ਜਾਵੇ ਮਨ ਮੰਗੀਆਂ ਮਰਾਦਾ ਪਾਵੇ ਅੜੇ ਤੋਂ ਘਰੇ ਆਪ ਜੀ ਦੇ ਤਨ ਪਰੇ ਤੋਂ ਪਰੇ ਨਾਮ ਕਮਾਨ ਚੜ੍ਹਦੀ ਕਲਾ ਤੇਰੇ ਸੁਹਾਣੇ ਨੂੰ ਸਮਰ ਜ਼ਿੰਦਗੀ ਦੇ ਬਹੁਤ ਜ਼ਿਆਦਾ ਨਾਭੇ ਵੀ ਗਏ ਨਾਲ ਹੈ।
ਬਰੀਸਰੀ ਦੇ ਵਿੱਚ ਵਿਸਾਰ ਕੀਤਾ ਅਤੇ ਜੋ ਉਹਨਾਂ ਦੀਆਂ ਪ੍ਰਾਪਤੀਆਂ ਨੇ ਜਿਹੜਾ ਬਾਬਾ ਸੌਦਾ ਸੀ ਜੋ ਸਪੋਰਟਸ ਕਲੱਬ ਹੈ ਇਸ ਦੇ ਸਰਪ੍ਰਸਤ ਰਹੇ ਕਲੱਬ ਨੂੰ ਉਹਨਾਂ ਦੀ ਬਹੁਤ ਜ਼ਿਆਦਾ ਦੇਣ ਸੀ ਕਿਉਂਕਿ ਸੇਧ ਦਿੰਦੇ ਸੀ ਕਲੱਬ ਨੂੰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਜੋ ਭੁੰਡਰੀ ਹੈ ਆਸਰਾ ਕਮੇਟੀ ਦੇ ਚੇਅਰਮੈਨ ਵੀ ਸਨ ਹੈਮਰ ਪ੍ਰੋ ਬਹੁਤ ਜ਼ਿਆਦਾ ਉਹਨਾਂ ਦਾ ਉਹਨਾਂ ਦੇ ਤਜਰਬਾ ਸੀ ਹੈਮਰ ਸੁਲਤਾਨ ਦਾ ਸੋਮਾਖੀਆਂ ਦਾ ਬਹੁਤ ਜ਼ਿਆਦਾ ਇਸ ਪ੍ਰਤੀ ਕਿਉਂ ਖੇਡਾਂ ਪ੍ਰਤੀ ਉਹਨਾਂ ਨੂੰ ਬਹੁਤ ਜ਼ਿਆਦਾ ਲੱਗਾ ਸੀ ਬੱਚਿਆਂ ਨੂੰ ਬਹੁਤ ਖੋ ਦੇ ਵਿੱਚ ਉਹਨਾਂ ਨੇ ਨੈਸ਼ਨਲ ਪੱਧਰ ਤੱਕ ਲੈ ਕੇ ਗਏ ਅਲੀਪੁਰ ਦੇ ਬੱਚਿਆਂ ਨੂੰ ਜਿਹਨਾਂ ਨੂੰ ਵਜ਼ੀਫੇ ਲੱਗੇ ਹੋਏ ਨੇ ਸਕਾਲਰਸ਼ਿਪਾਂ ਮਿਲ ਰਹੀਆਂ ਨੇ ਬੱਚੇ ਗਰੀਬ ਪਰਿਵਾਰ ਦੇ ਵਿੱਚ ਸੋ ਹੈਂਡਰਾਈਟ ਦੇ ਜੋ ਨੈਸ਼ਨਲ ਪੱਧਰ ਤੱਕ ਉਹਨਾਂ ਨੇ ਬੱਚਿਆਂ ਨੂੰ ਲੈ ਕੇ ਗਏ ਸੰਗੀਤ ਦੇ ਵਿੱਚ ਵੀ ਲੈ ਕੇ ਗਏ ਸੋ ਖੋ ਖੋ ਦੇ ਵਿੱਚ ਇਹ ਸਾਰੀਆਂ ਪ੍ਰਾਪਤੀਆਂ ਮਾਈ ਰਵਿੰਦਰ ਸਿੰਘ ਜੀ ਦੀਆਂ ਅਤੇ ਇੱਥੇ ਉਹਨਾਂ ਨੂੰ ਸਹਿਯੋਗ ਸੀ ਪਰਿਵਾਰ ਦਾ ਉਹਨਾਂ ਦੇ ਸਤਿਕਾਰ ਚੋਂ ਪਤਨੀ ਸਾਡੇ ਭੈਣ ਜੀ ਨਰਿੰਦਰ ਕੌਰ ਜੀ ਨਰਿੰਦਰਪਾਲ ਕੌਰ ਜੀ ਉਹਨਾਂ ਦੀ ਬੇਟੀ ਰਮਨਦੀਪ ਕੌਰ ਬੇਟਾ ਗੁਰਪ੍ਰੀਤ ਸਿੰਘ ਅਤੇ ਮੰਤਰੀਆਂ ਦੀ ਨੂੰਹ ਉਹਨਾਂ ਦੀ ਬੇਟੀ ਸਮਾਨ ਸਤਵੀਰ ਕੌਰ ਜੀ ਅਤੇ ਛੋਟੀ ਪੋਤੀ ਖੁਸ਼ਮਨਦੀਪ ਕੌਰ ਜੋ ਪਰਿਵਾਰ ਮੰਤਰੀਆਂ ਦਾ ਕਹਿਆ ਭਰਿਆ ਪਰਿਵਾਰ ਸੋ ਛੱਡ ਕੇ ਗਏ ਨੇ ਸਤਿਗੁਰਾਂ ਦੀ ਕਿਰਪਾ ਸੀ ਇਹਨਾਂ ਦੇ ਬਜ਼ੁਰਗ ਉਹ ਵੀ ਬੜੇ ਨੇਕ ਸੁਭਾਅ ਦੇ ਸਨ ਸਵਰਗਵਾਸੀ ਸਰਦਾਰ ਭਗਤ ਸਿੰਘ ਜੀ ਸਰਦਾਰ ਹਰੀ ਸਿੰਘ ਜੀ ਇਹਨਾਂ ਦੇ ਜੋ ਸਾਰੇ ਸਤਸੰਗ ਜੀ ਪਰਿਵਾਰ ਅਨੰਤਰ ਸੀ ਪਰ ਦੇਖਣ ਨੂੰ ਆਪਣੀਆਂ ਨੂੰ ਇਸ ਤਰ੍ਹਾਂ ਲੱਗਦਾ ਕਿ ਸਕੇ ਭਰਾ ਸਾਰੇ ਬਚਪਨ ਦੇ ਵਿੱਚ ਭਰਾ ਕਰਮਜੀਤ ਸਿੰਘ ਜੀ ਇਹਨਾਂ ਦੇ ਸਕੇ ਭਰਾ ਵਿਜੇਤਰ ਸਿੰਘ ਜੀ ਦਰਸ਼ਨ ਸਿੰਘ ਜੀ ਪੰਚਾਇਤ ਮੈਂਬਰ ਭਰਪੂਰ ਸਿੰਘ ਜੀ ਨਿਰਮਲ ਸਿੰਘ ਜੀ ਅਮਰੀਕ ਸਿੰਘ ਜੀ ਹੋਰ ਦਾ ਸੋ ਇਹ ਪਰਿਵਾਰ ਹੈ ਮਾਤਰੀਆਂ ਦਾ ਸਵਾਲ ਸਮਾਂ ਬਹੁਤ ਹੋ ਚੁੱਕਿਆ ਹੈ ਸੋ ਸੰਦੇਸ਼ ਬਹੁਤ ਜ਼ਿਆਦਾ ਨੇ ਅਤੇ ਮੈਨੂੰ ਕਹਿ ਕੇ ਪੜ੍ਹ ਕੇ ਸੁਣਾਉਣਾ ਜੀ ਕਿਉਂਕਿ ਮਾਸਟਰ ਜੀ ਦਾ ਜ਼ਿਆਦਾਤਰ ਪ੍ਰੇਮ ਮਾਸਟਰ ਜੀ ਸੁਖਜਿੰਦਰ ਸਿੰਘ ਜੀ ਰਾਜਵੰਤ ਭੁੱਲੀ ਜੀ ਇਹ ਬਹੁਤ ਪ੍ਰੇਮ ਰਿਹਾ ਇਹਨਾਂ ਦਾ ਆਪਸ ਦੇ ਵਿੱਚ ਸੋ ਮਾਸਟਰ ਸਾਹਿਬ ਨੇ ਕਿਹਾ ਕਿ ਜੋ ਪਬਲਿਕ ਮਾਡਲ ਹਾਈ ਸਕੂਲ ਧੂਰੀ ਉਹਨਾਂ ਵੱਲੋਂ ਦੋ ਮਤਾ ਹੈ ਸਵਰਗਵਾਸੀ ਸਰਦਾਰ ਸੁਰਿੰਦਰ ਸਿੰਘ ਜੀ ਦੀ ਪ੍ਰਧਾਨ ਦੀ ਚਾੜ੍ਹਤ ਮੌਤ ਕਾਰਨ ਪਬਲਿਕ ਮਾਡਲ ਹਾਈ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਸਕੂਲ ਦਾ ਸਮੂਹ ਸਟਾਫ ਨੂੰ ਇਸ ਦਾ ਪ੍ਰਗਟਾਵਾ ਕਰਦਾ ਹੈ ਸੁਰਿੰਦਰ ਸਿੰਘ ਜੀ ਦਾ ਸਾਡੇ ਸਕੂਲ ਨੂੰ ਚਲਾਉਣ ਵਿੱਚ ਅਹਿਮ ਯੋਗਦਾਨ ਹੈ ਉਹਨਾਂ ਦੀ ਚਾੜ੍ਹਤ ਮੌਤ ਹੋ ਜਾਣ ਕਾਰਨ ਸਕੂਲ ਨੂੰ ਜੋ ਘਾਟਾ ਪਿਆ ਹੈ ਉਹ ਕਦੇ ਪੂਰਾ ਨਹੀਂ ਹੋ ਸਕਦਾ ਕਿਉਂਕਿ ਕੁਝ ਵਿਅਕਤੀ ਸਮਾਜ ਦੇ ਕੀਤੇ ਕੰਮਾਂ ਸਦਕਾ ਸੰਸਾਰ ਤੋਂ ਦੂਰ ਜਾਣ ਮਗਰੋਂ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਵਸੇ ਰਹਿੰਦੇ ਹੈ ਅਸੀਂ ਪਰਮਾਤਮਾ ਦੀ ਅਰਦਾਸ ਕਰਦੇ ਹਾਂ ਕਿ ਇਸੇ ਆਤਮਾ ਨੂੰ ਆਪਣੇ ਚਰਨਾਂ ਵਿੱਚ ਵਾਸ ਰੱਖੋ ਪਰਿਵਾਰ ਅਤੇ ਸੋਹਣੀਆਂ ਦਾ ਭਾਗ ਮੰਦਰ ਬਖਸ਼ੇ ਸੋ ਪ੍ਰੇਮ ਕੁਮਾਰ ਮਾਸਟਰ ਜੀ ਦਾ ਪਬਲਿਕ ਮਾਡਲ ਹਾਈ ਸਕੂਲ ਧੂਰੀ ਸੋ ਮਤਾ ਹੈ ਜੀ ਨੈਸ਼ਨਲ ਅਵਾਰਡੀ ਡਾਕਟਰ ਰਵਿੰਦਰ ਸਿੰਘ ਜੀ ਭੁੱਲਾ ਦੀ ਹੈ ਜਿੱਥੇ ਪ੍ਰੇਮ ਆਪਣੀ ਮੌਤ ਦੇ ਨਾਲ ਪਰਿਵਾਰ ਨੂੰ ਕਹਿ ਰਿਹਾ ਸਰਕਾਰੀ ਹਾਈ ਸਕੂਲ ਭੰਗੜੀ ਸਮੂਹ ਸਟਾਫ ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕਰ ਅਤੇ ਸੋਗ ਮੰਗਾ ਹੈ ਜੀ ਸਰਕਾਰੀ ਪ੍ਰਾਇਮਰੀ ਸਕੂਲ ਢਾਕਾ ਬਲਾਕ ਧੂਰੀ ਸਮੂਹ ਸਟਾਫ ਅਤੇ ਵਿਦਿਆਰਥੀ ਅਤੇ ਨਾਲ ਹੀ ਧਾਂਦਰੇ ਦੇ ਜੋ ਦੂਜਾ ਸਕੂਲ ਹੈ ਸਰਕਾਰੀ ਮਿਡਲ ਸਕੂਲ ਢਾਕਾ ਉਹਨਾਂ ਵੱਲੋਂ ਵੀ ਮੈਡਮ ਅਮਰਜੀਤ ਕੌਰ ਦੀਆਂ ਵੱਲੋਂ ਅਤੇ ਸਮੂਹ ਸਟਾਫ ਵੱਲੋਂ ਇਹ ਸੋਗ ਮੰਗਾ ਆਇਆ ਹੈ ਸੋ ਧੂਰੀ ਜੀ ਧੂਰੀ ਬਲਾਕ ਰੂਰਲ ਕੋਪਰੇਟਿਵ ਹਾਊਸ ਬਿਲਡਿੰਗ ਸੋਸਾਇਟੀ ਲਿਮਟਿਡ ਧੂਰੀ ਵੱਲੋਂ ਸੁਖਮਤਾ ਨੈਸ਼ਨਲ ਅਵਾਰਡੀ ਅਧਿਆਪਕ ਐਸੋਸੀਏਸ਼ਨ ਹਰਦੇਵ ਸਿੰਘ ਜਵੰਦਾ ਸਤਰਾ ਸਤਜੀਤ ਸ਼ਰਮਾ ਨੈਸ਼ਨਲ ਅਵਾਰਡੀ ਡਾਕਟਰ ਅਮਰਿੰਦਰ ਸਿੰਘ ਜੀ ਡਾਕਟਰ ਸੋਮ ਕਲਾ ਜੀ ਉਹਨਾਂ ਵੱਲੋਂ ਸੁਖਮਤ ਆਇਆ ਹੈ ਇਹ ਜੋ ਸੁਖਮਤ ਆਏ ਹਨ ਸਤਸੰਗ ਜੀ ਸਾਰਿਆਂ ਨੇ ਮਨੁੱਖ ਦਾ ਪ੍ਰਗਟਾਵਾ ਕਰਦੇ ਹੋਏ ਪਰਿਵਾਰ ਨਾਲ ਸਾਂਝਾ ਕੀਤਾ ਹੈ ਧੰਨਵਾਦ ਕਰਦੇ ਹਾਂ ਸੋ ਹੁਣ ਬਹੁਤ ਨਾਮ ਨੇ ਮੇਰੇ ਕੋਲ ਬੋਲਣ ਦੇ ਸਾਥੀ ਦੋ ਬੁਲਾਰੇ ਨੇ ਹਾਜ਼ਰੀ ਲਾਉਣੇ ਆ
ਜਿਨ੍ਹਾਂ ਦੇ ਵਿੱਚ ਸਰਦਾਰ ਕਪੂਰ ਸਿੰਘ ਜੀ ਪ੍ਰਧਾਨ, ਡਾਕਟਰ ਦੁਨੀਆ ਧੂਰੀ ਸਰਪੰਚ ਪਿੰਡ ਕਸੌਲ, ਅਤੇ ਸਰਦਾਰ ਮਨਜੀਤ ਸਿੰਘ ਜੀ ਗੁਰਮੀ ਪ੍ਰਧਾਨ ਬਾਰ ਐਸੋਸੀਏਸ਼ਨ, ਪ੍ਰੋਫੈਸਰ ਰਾਜ ਕੁਮਾਰ ਜੀ ਡਾਇਰੈਕਟਰ ਸਪੋਰਟਸ ਸਪੋਰਟਸ ਯੂਨੀਵਰਸਿਟੀ ਪਟਿਆਲਾ, ਪ੍ਰੋਫੈਸਰ ਬਲਵਿੰਦਰ ਕੁਮਾਰ ਜੀ ਦੇਸ਼ਭਗਤ ਕਾਲਜ ਧੂਰੀ, ਰਾਜ ਮਾਨਕ ਸਿੰਘ ਜੀ ਵਕੀਲ ਬਸੀ ਪਠਾਣਾ। ਸੋ ਮੈਂ ਬੇਨਤੀ ਕਰਾਂਗਾ ਸਰਦਾਰ ਰਾਜਵਿੰਦਰ ਸਿੰਘ ਜੀ ਢੁੱਡੀ, ਜੋ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਅਧਿਕਾਰ ਨੇ, ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਨੇ, ਉਹ ਮਹਾਰਾਜ ਪਵਿੱਤਰ ਸਿੰਘ ਜੀ ਨੂੰ 2 ਮਿੰਟ ਲਈ ਸਰਦਾਰ ਦੇ ਸਤਿਕਾਰ ਭੇਟ ਕਰਨਗੇ। ਸਰਦਾਰ ਰਾਜਵਿੰਦਰ ਸਿੰਘ ਜੀ ਢੁੱਡੀ ਪਵਿੱਤਰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ। ਸਾਧਨ ਜੀ, ਅੱਜ ਅਸੀਂ ਸਾਰੇ ਮਿੱਤਰ ਦੋਸਤ ਰਿਸ਼ਤੇਦਾਰ ਸਾਹਿਬ ਸੰਬੰਧੀ ਸਾਡੇ ਬਹੁਤ ਹੀ ਪਿਆਰੇ ਦੋਸਤ ਮਾਸਟਰ ਪਵਿੱਤਰ ਜੀ ਨੂੰ ਸ਼ਰਧਾ ਵਿਸਕਾਰ ਭੇਟ ਕਰਨ ਲਈ ਇਕੱਤਰ ਹੋਇਆ। ਦੁਨੀਆ ਦੇ ਕੋਲ ਸਾਡਾ ਲੋਕ ਬਾਕੀ ਸਭ ਝੂਠ ਹੈ, ਕਿਉਂਕਿ ਗੁਰਬਾਣੀ ਦਾ ਭਰਮਾ ਵੀ ਹੈ। ਮਨ ਲਿਖਾਏ ਮੰਦਰ ਮੈਂ ਆਏ ਕਿਹਾ ਜਾ ਰਿਹਾ ਕਿ ਮਰੇ ਗਏ ਕੈਸਾ ਰਹਿਣਾ ਹੋਵੇ, ਕਿ ਜੋ ਵੀ ਪੁਰਾਣੇ ਸੰਸਾਰ ਦੇ ਆਉਂਦਾ ਹੈ ਉਹਦਾ ਮਰਨਾ ਪਹਿਲੇ ਨਿਸ਼ਚਿਤ ਹੈ। ਪਰ ਜਦੋਂ ਆਪਾਂ ਦੇਖਦੇ ਕਿ ਇਨਸਾਨ ਦੀਆਂ ਤਿੰਨ ਅਵਸਥਾ ਨੇ, ਬਾਤ ਕਰਨ ਹੋਵੇ ਕਿ ਜੋ ਕਿ ਇਨਸਾਨ ਪੂਰੀ ਉਮਰ ਹੋ ਕੇ ਜਾਂਦਾ ਹੈ ਤਾਂ ਆਪਾਂ ਕਹਿੰਦੇ ਕਿ ਉਹਦਾ ਬੰਦ ਸੀ, ਪਰ ਜਦੋਂ ਪਰਿਵਾਰ ਨੂੰ ਸਾਥੀਆਂ ਨੂੰ ਮਾਸਟਰੀ ਵਰਗਾ ਕੋਈ ਜਾਣੇ ਛੱਡ ਕੇ ਚਲਾ ਜਾਂਦਾ ਹੈ ਘੱਟ ਉਮਰ ਦੇ ਵਿੱਚ, ਤਾਂ ਜਿਹਦਾ ਜਿਹਦਾ ਉਸ ਵਿਅਕਤੀ ਨੂੰ ਪਿਆਰ ਉਹਨਾਂ ਨੂੰ ਦੁੱਖ ਮਹਿਸੂਸ ਹੁੰਦਾ। ਜਦੋਂ ਵੀ ਪਤਾ ਲੱਗਿਆ ਕਿ ਮਾਸਟਰੀ ਦੀ ਡੈਥ ਹੋਈ ਹੈ ਤਾਂ ਖਬਰ ਪੂਰੇ ਲੰਗ ਚ ਫੈਲੀ ਕਿ ਮਾਸਟਰੀ ਦਾ ਅੱਗੇ ਪਲੇ ਸੀ ਜਿਹਦੇ ਨਾਲ ਗੱਲ ਕਰੀ ਸਾਨੂੰ ਮਿਲੇ ਸੀ 2 ਦਿਨ 4 ਦਿਨ ਪਹਿਲਾਂ। ਪਰ ਮੌਤ ਦੱਸਦੇ ਨੇ ਕਿ ਇਨਸਾਨ ਦੇ ਵਿੱਚ ਇੱਕ ਸ਼ਿਕਾਰੀ ਮਾਰ ਫਿਰਦੀ ਹੈ, ਇਹ ਵੀ ਪਤਾ ਕਰੋ ਉਹਨੇ ਇਨਸਾਨ ਦੇ ਝਟਕ ਮਾਰ ਲਏ। ਸੋ ਸਾਨੂੰ ਸਾਰਿਆਂ ਨੂੰ ਸਮੁੱਚੇ ਸਮਾਜ ਨੂੰ ਘਾਟਾ ਪਿਆ ਕਿ ਉਹ ਇਹੋ ਜਿਹੇ ਇਨਸਾਨ ਬਹੁਤ ਘੱਟ ਮਿਲਦੇ ਨੇ, ਕਿਉਂਕਿ ਉਹਨਾਂ ਦੀ ਨਿਮਰਤਾ ਮੇਲ ਮਿਲਾਪ ਹਰ ਇੱਕ ਨੂੰ ਆਪਣਾ ਮਿਲਾਉਣਾ। ਸੈਕਟਰੀ ਸਾਹਿਬ ਗੱਲ ਕਰ ਰਹੇ ਕਿ ਸਭ ਤੋਂ ਵੱਧ ਸਮਾਨ ਵਾਸਤੇ ਨੇ ਲੇਟ ਡਾਲੀਪੁਰ ਵਿਖੇ ਦਿੱਤਾ ਹੈ, ਔਰ ਜੋ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਸਖ਼ਤ ਮਿਹਨਤ ਕਰਕੇ ਬੱਚੇ ਤਿਆਰ ਕੀਤੇ। ਲਿਖਾਈ ਦੀ ਗੱਲ ਕਰ ਰਹੇ ਸੀ, ਮੇਰੇ ਯਾਦ ਹੈ ਕਿ ਅਗਰ ਅਸੀਂ ਕੋਈ ਤਖਤੀਆਂ ਬਣਾਉਣੀਆਂ ਸੀ ਤਾਂ ਉਹ ਗੱਲ ਕਰ ਰਹੇ ਸੀ ਸਾਡੇ ਸਾਥੀ ਕਿ ਆਪਾਂ ਲਿਖਾ ਲਈਏ ਇੱਥੇ ਤੋਂ ਪ੍ਰਿੰਟ ਕਰਾ ਲਈਆਂ, ਤਾਂ ਮੇਰੇ ਯਾਦ ਇਹ ਮੈਂ ਗੱਲ ਨਹੀਂ ਕੀਤੀ। ਮੈਂ ਕਿਹਾ ਮੇਰੇ ਯਾਦ ਮਾਸਟਰ ਉਹ ਆਏ ਕਿ ਉਹਨਾਂ ਨੇ ਇੰਨੇ ਬੱਚੇ ਤਿਆਰ ਕੀਤੇ ਸੁੰਦਰ ਲਿਖਾਈ ਦੇ ਜਿਹਨਾਂ ਦੀਆਂ ਪੰਜਾਬ ਦੇ ਵਿੱਚੋਂ ਪਹਿਲੀਆਂ ਟੀਸ਼ਰਟਾਂ, ਅਤੇ ਇਸੇ ਲਈ ਸਾਡੇ ਪਿੰਡ ਦੇ ਬੱਚਿਆਂ ਨੂੰ ਖੋ ਖੋ ਦੇ ਵਿੱਚ ਨੈਸ਼ਨਲ ਤੱਕ ਲੈ ਕੇ ਜਾਣ ਵਾਲੇ ਪਵਿੱਤਰ ਮਾਸਟਰ ਜੀ ਸਨ। ਬਹੁਤ ਦਿਲ ਨਾਲ ਮਿਹਨਤ ਕਰਾਉਂਦੇ ਸੀ ਬੱਚਿਆਂ ਨੂੰ, ਸਾਥ ਕਿ ਇਹੋ ਜਿਹੇ ਸਾਹ ਲੈ ਕੇ ਬਹੁਤ ਘੱਟ ਮਿਲਦੇ ਸਮਾਜ ਦੇ ਵਿੱਚ। ਸੋ ਜਿੱਥੇ ਮੈਨੂੰ ਸਾਡੇ ਸਾਰੇ ਸਾਥੀਆਂ ਨੂੰ ਪਰਿਵਾਰ ਨੂੰ ਘੱਟ ਕਰਦਾ ਹੈ, ਉੱਥੇ ਸਾਡੀ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ, ਕਿਉਂਕਿ ਮੇਰੇ ਯਾਦ ਹੈ ਕਿ ਲੋਕਸਭਾ ਦੇ ਚੋਣਾਂ ਦੇ ਵਿੱਚ ਉਹਨਾਂ ਨੇ ਸਾਡੀ ਨਵੀਂ ਪਾਰਟੀ ਸੀ ਮਾਲੀ ਮਦਦ ਵੀ ਕੀਤੀ, ਔਰ ਨਾਲ ਬੂਟਾ ਦੀ ਵੀ ਕੀਤੀ ਅਤੇ ਮਾਲੀ ਮਦਦ ਵੀ ਕੀਤੀ ਸਾਡੀ। ਸੋ ਹੁਣ ਉਹਨਾਂ ਦੇ ਬੇਟੇ ਗੁਰਪ੍ਰੀਤ ਜੀ ਸਾਡੇ ਸਥਾਨ ਦੇ 10 ਪਿੰਡਾਂ ਦੇ ਸਰਕਲ ਦੇ ਵਿੱਚ ਹਨ, ਉਹਨਾਂ ਦੇ ਨਾਲ ਸਾਰੇ ਲੋਕ ਹੈਗੇ ਨੇ। ਗੁਰੂ ਕਿਰਪਾ ਕਰਕੇ ਇਸ ਪਰਿਵਾਰ ਨੂੰ ਜਿਸ ਤਰ੍ਹਾਂ ਵਾਸਤੇ ਸਮਾਜ ਨੂੰ ਸੇਵਾ ਕਰਦੇ ਸੀ, ਇਹ ਛੋਟੇ ਬੱਚੇ ਨੂੰ ਉਸੇ ਤਰ੍ਹਾਂ ਹੀ ਸਮਾਜ ਦੀ ਸੇਵਾ ਕਰਨ ਦਾ ਬਲ ਦੇਵੇ, ਔਰ ਜੋ ਇਹ ਐਡਾ ਵੱਡਾ ਦੁੱਖ ਵਾਪਰਿਆ ਹੈ ਪਰਿਵਾਰ ਦੇ ਵਿੱਚ ਉਹਨੂੰ ਸਹਿਣ ਦਾ ਬਲ ਦੇਵੇ। ਸਬੰਧ ਵਿੱਚ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਨੂੰ, ਆਮ ਆਦਮੀ ਪਾਰਟੀ ਵੱਲੋਂ ਪਰਿਵਾਰ ਨਾਲ ਸਾਂਝਾ ਕਰਦਾ ਹਾਂ, ਗੁਰੂ ਜਨਾ ਦੇ ਦਾਸ ਜੀ ਦੀ ਕਰਦਾ ਕਿ ਹਿੱਸੇ ਪਰਿਵਾਰ ਉਹ ਪਿੱਛੇ ਕਿਵੇਂ ਆਪਣੇ ਚੰਗਾ ਜਵਾਬ ਦੇਣਾ, ਪਿੱਛੇ ਗੁਰਾਂ ਨੂੰ ਭਾਵ ਹੁੰਦਾ ਬੋਲ ਰਿਹਾ। ਵਾਹਿਗੁਰੂ ਜੀ ਕਾ ਖਾਲਸਾ,
थैंक यू सचिन भाजी जो अपने गहरी सरदार गोविंद सिंह जी लौकोवाल मौजूदा एमएलए लड़का टोपी सरदार सेवा सिंह जी कोर्पोरेट गौर सिटी एक सोमवार का आया है ग्राम पंचायत ढाबरा वालों क्योंकि मंत्र जी ने ढाबे भी स्कूल के ड्यूटी वही है सो गुग्गा सिंह जी चेयरमैन मार्केट कमेटी वो भी हाजिर लगा रहे हैं चरणजीत सिंह जी एक्स सैकटरी मार्केट कमेटी अमृतगढ़ चमकाव सिंह जी एस आई संगरूर ए एस आई संगरूर थानेदार रजिंदर कुमार जी कुलजिंदर सिंह जी मांगेवाल तो जो सरपंच साहब ने बलदेव सिंह जैनपुर बखताव सिंह जी हुसैनपुर सरदार जास सिंह सरपंच महंत सुखदेव दास जी डेरा बाबा साहब ने सौदास जी ने गुस्से वाला वो भी संत के हाजिर ने परिवार नाल साझा करके वो भी अपनी हाजिरी लगा रहे हैं सरदार हरप्रीत सिंह जी हैरी पटियाला आकाशदीप सिंह आकाशदीप सिंह जी डिप्टी डी एस पी मोक सरदार जगतार सिंह जी पटियाला समूह आर्थिक एसोसीएशन पूरी प्रधान दुनिया इन्होंने समूह आठ जी काफ़ी सारे आए हैं धन्यवाद करते हैं तो सरकारी प्रायमरी स्कूल कुरेड़ी सरकारी हाई स्कूल कुरेड़ी का समूह स्टाफ आया है तो हूँ मैं बेनती कराँगा मास्टर सदर सिंह जी जहांगीर वो अपने दो मिनट की हाजिरी लगाएंगे परिवार नाल साझा करके मास्टर सदर सिंह जी जहांगीर सरदार कविंदर सिंह जी जो पवित्र आत्मा के मालिक सन आप सारे पिछले समय जोड़ा देते गुरु चरणा के जाग लाते हैं उन्होंने गुरु की शांति अंत अरदास आप सारे जुड़िया सारे ने गुरु के चरणा से उन्होंने आत्मा की शांति की अरदास की है सबको अपने चरणों में उन्होंने सुखान देन स्टेज सिकंदर साहब ने और बुलाया ने उन्होंने बारे बड़ा कुछ है परिवार बारे बड़ा कुछ है ये सचमुच सच्चाई है कोई भी इंसान इस संसार से आता है उसकी बड़ी खुशी होती है जान के तो सारे सनेहियां उस विछड़ी को इशादा के सत्कार भेट करता होया अपनी थान लेना वाहिगुरू जी का खालसा वाहिगुरू जी की फतह सदर सिंह जहांगीर प्रधान अध्यापक दल सोना ने भी मछलियाँ प्रति अपने दिल दिन गहराइयों के सौंपते हैं क्योंकि इन्होंने हमेशा मछलियों का मिलाप होता रहा कटे रहे सो इस करके सत्संग जी होर भी बहुत सज्जन आए हैं जिन्होंने बोलना है पर समय की घाटों तक समा नहीं ले सकते धन्यवाद करते हैं तो सरदार भुपिंदर सिंह जी भरवाल मैंबर एस जी पी सी वो भी हाजिर हैं सो उन्होंने माफ़ी चाहेंगे सरदार गुरमेल सिंह जी नागा प्रोफेसर साहब सरदार गुरजिंदर सिंह जी एस डी ओ प्रभाग वो भी हाजिर ने हूँ मैं बेनती कराँगा सरदार सिंह सिंह प्रताप सिंह जी बरनला सीनियर सीनियर आगू कांग्रेस पार्टी वो आके दो मिनट लिए मास्टर कविंदर सिंह जी श्रद्धा से सत्कार भेट करेंगे सरदार सिंह प्रताप सिंह जी बरनला श्री वाहेगुरु जी की फतेह
स्टेट सैकटरी साहब ने मेरे को पहला बुलाया ने आप सारे दसिया ही है एक संसार की एक सच्चाई बारे मौत दसिया आप जी को कि जो भी संसार चाहता है उन्हें एक ना एक दिन जरूर जाना है। हर रोज़ इस संसार के हजार लखा लोग होंगे ने उन्हें ही विछड़ के चले जाते हैं। बहुत घट लोग अजे होंगे ने जिन्हों की याद अमर रही है। अज आए हुए सारी समुची सात संगत जी वक्त वक्त पार्टियों के लीडरशिप इस गल का सबूत देंगे ने कि मास्टर जी एक अजे शख्स जी जिन्हों की याद हमेशा हमेशा अमर हो। मैं गुरु महाराज के चरणों आही अरदास करता कि विछड़ी रूह में शांति बख्शे तो उन्होंने समुचे परिवार को आम भाणा भरण का बल बख्शे। वाहेगुरू जी का खालसा श्री वाहेगुरू जी का फतह। सिंह जी एक निष्काम सेवक सन उन्होंने अंदर सत्संग जी निष्काम सेवा से जो भावना थी वो बहुत ज्यादा थी। सो जो भी सेवा देनी उन्होंने वो जिताते ही सन करके अपना नाम ही कमाते सर। बहुत ज्यादा उन्होंने इस तरह का मौका मिले तो सब तो बड़ी जो उन्होंने इतिहास से उन्होंने दसा कि हरिपुर उन्होंने प्रमोशन हो रही थी मोगे जाने पर मास्टर जी ने कहा कि नहीं जो मैं इतों मोगे चला गया तो मेरे जो बच्चे ने इन्हों का की बहुत बड़ा अंदर उन्होंने बच्चों ने जो फ्यूचर वास्ते बच्चों ने उन्होंने अंदर एक दर्द सी वह बहुत उन्होंने एक बहुत अहम गल सी। सो हूँ मैं बेनती कराँगा जिथे बहुत खिलाड़ियों ने आप जी ने मास्टर जी ने जीवन बारे दसिया है। सो पिंड पंच सरपंच नंबरदार होर अहद्या गलमान सारे पहुँचे हाँ। सो साडे सत्कार योग माई रूपा जी वागड़ी हैं वो भी परिवार दुख साझा कर लिए आए हैं। मास्टर पवित्र सिंह साहब का भी सत्कार लिए आए हैं तो आई सात संघ का धन्यवाद भी करेंगे। मैं बेनती करा माई रूपा जी वागड़ी हैं वो आगे पिछड़ी आत्मा सत्कार के सत्कार कर परमात्मा उन्होंने परिवार को खास करना चाहिए।
ਉਹਨਾਂ ਦੇ ਨਾਲ ਇੱਕ ਅਧਿਆਪਕ ਵਰਗ ਵੀ ਜੁੜਿਆ ਹੋਇਆ ਸੀ। ਪਰਮਾਤਮਾ ਉਹਨਾਂ ਨੂੰ ਸ਼ਕਤੀ ਦੇ ਇਹ ਦੁੱਖ ਹੁੰਦੇ ਹੋਏ ਆਉਣ ਵਾਲੇ ਸਮੇਂ ਵਿੱਚ ਤਾਕਤ ਮੁਸ਼ਕਿਲ ਵੀ ਆਉਣ ਵਾਲੀ ਜ਼ਿੰਦਗੀ ਤੇ ਉਹਨਾਂ ਦੇ ਰਹਿਣ ਕਰਵਾਜਨ ਦਾ ਸਕਣ। ਖਾਸ ਕਰ ਮੈਂ ਗੁਰਪ੍ਰੀਤ ਜੀ ਉਹਨਾਂ ਦੇ ਬੇਟੇ ਨੂੰ ਕਹਾਂਗੀ, ਬੇਟਾ ਜਿਸ ਤਰ੍ਹਾਂ ਤੁਹਾਡੇ ਪਿਤਾ ਜੀ ਨੇ ਮਾਸਟਰ ਗੁਰਵਿੰਦਰ ਸਿੰਘ ਜੀ ਨੇ ਆਪਣਾ ਜੀਵਨ ਬਤੀਤ ਕੀਤਾ, ਸਮਾਜ ਸੇਵਾ ਕੀਤੀ, ਪਰਮਾਤਮਾ ਤੁਹਾਨੂੰ ਸ਼ਕਤੀ ਦੇ ਰਹੀ ਸੀ ਉਹਨਾਂ ਦੇ ਕਰਮਾਂ ਨੂੰ ਸਪੈਂਡ ਕਰ ਸਕੋ। ਔਰ ਮੈਂ ਇਸ ਉੱਚੀ ਸਾਰੇ ਸਦਨ ਨੂੰ, ਲੀਡਰਸ਼ਿਪ ਨੂੰ, ਸਾਰੇ ਨਾਤੇ ਦਾ ਰਿਸ਼ਤੇਦਾਰਾਂ ਦਾ ਸਰਦਾਰ ਸਪੱਸ਼ਟ ਜਿਹੜੇ ਵੀ ਵੱਖ ਵੱਖ ਪਿੰਡਾਂ ਚੋਂ ਆਏ ਹੈ, ਖਾਸ ਕਰ ਅਧਿਆਪਕ ਵਰਗ ਨੂੰ ਮੈਂ ਸਾਰਿਆਂ ਦਾ ਜੀਆਂ ਹੈ ਔਰ ਧੰਨਵਾਦ ਵੀ ਕਰਦੀ ਹੈ ਕਿ ਤੁਸੀਂ ਉਹਨਾਂ ਦੇ ਪਰਿਵਾਰ ਨੇ ਸਾਡੇ ਨਾਲ ਦੁਸ਼ਟ ਸ਼ਾਮਿਲ ਹੋਏ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਰਦੇ ਆ ਕਿ ਕੁਝ ਸੇਵਾ ਹੈ ਪਰਿਵਾਰ ਵੱਲੋਂ ਗੁਰਪ੍ਰੀਤ ਸਿੰਘ ਵੱਲੋਂ ਆਪਣੇ ਪਿਤਾ ਜੀ ਦੀ ਯਾਦ ਨੂੰ ਸਮਰਪਿਤ ਇਹ ਕੂਲਰ ਦਿੱਤਾ ਗਿਆ ਹੈ ਗੁਰਦੁਆਰਾ ਸਾਹਿਬ ਲਈ ਤੇ ਹੋਰ ਜੋ ਜਿੰਨੇ ਵੀ ਗੁਰਨਗਰ ਦੇ ਸਥਾਨ ਨੇ, ਬਾਬਾ ਸਿੰਘ ਭੁੱਲਰ ਜੀ ਵਾਲੇ ਸਥਾਨ ਲਈ, ਸਿੱਖ ਮੰਦਰ ਹੈ, ਪ੍ਰਾਰਥਨਾ ਮੰਦਰ, ਉਹਦੇ ਲਈ ਵੀ ਸੇਵਾ ਇਹ ਹੈ ਪਰਿਵਾਰ ਵੱਲੋਂ। ਮੁਸਲਮਾਨ ਭਰਾਵਾਂ ਦੀ ਮਸਜਿਦ ਉਹਦੇ ਲਈ ਸੇਵਾ, ਸਰਕਾਰੀ ਪ੍ਰਾਇਮਰੀ ਸਕੂਲ ਧੁਰੇੜੀ, ਸਰਕਾਰੀ ਹਾਈ ਸਕੂਲ ਧੁਰੇੜੀ ਦੇ ਲਈ ਸੇਵਾ ਆਈ ਹੈ। ਜੋ ਬਾਬਾ ਵਾਲਮੀਕ ਜੀ ਦਾ ਮੰਦਰ ਹੈ ਉਹਦੇ ਲਈ ਵੀ ਸੇਵਾ ਆਈ ਹੈ ਤੇ ਬਾਬਾ ਜਗਦਾਸ ਭਗਤ ਜੀ ਦਾ ਮੰਦਰ ਹੈ ਆਪਣੇ ਨਗਰ ਦੇ ਵਿੱਚ। ਨਾਲ ਹੀ ਬੇਨਤੀ ਹੈ ਜੋ ਇਹਨਾਂ ਦੇ ਅਹੁਦੇਦਾਰ ਨੇ ਕਿ ਪ੍ਰਧਾਨ ਹੈ ਕਿ ਜਾਣਕੀ ਹੈ, ਉਹ ਆ ਕੇ ਇਹ ਸੇਵਾ ਲੈ ਜਾਓ ਭਾਈਵਾਲ ਦੇ ਵਿੱਚ, ਦਰਸ਼ਨ ਸਿੰਘ ਜੀ ਕੋਲ ਇਹ ਸਾਰੀ ਸੇਵਾ ਹੈ। ਗੁਰਦੁਆਰਾ ਸਿੰਘ ਸਭਾ ਸਾਹਿਬ ਜੋ ਮੰਡੀ ਦੇ ਨਜ਼ਦੀਕ ਹੈ ਉਹਦੇ ਲਈ ਵੀ ਪਰਿਵਾਰ ਵੱਲੋਂ ਸੇਵਾ ਆਈ ਹੈ। ਡੇਰਾ ਬਾਬਾ ਸੌਦਾਸ ਜੀ ਦੇ ਸਥਾਨ ਲਈ ਤੇ ਬਾਬਾ ਪੀਰਖਾਨੇ ਦਾ ਜੋ ਸਥਾਨ ਹੈ ਉਹਦੇ ਲਈ ਪਰਿਵਾਰ ਵੱਲੋਂ ਇਹ ਸੇਵਾ ਕੀਤੀ ਗਈ ਹੈ। ਧੰਨਵਾਦ ਕਰਦੇ ਹਾਂ ਤੇ ਹੁਣ ਬੇਨਤੀ ਹੈ ਪਹਿਲਾਂ ਸਤਿਗੁਰਾਂ ਦੀ ਪਵਿੱਤਰ ਦੇਗ ਵਰਤੇਗੀ, ਉਪਰੰਤ ਜਿਹੜੀਆਂ ਸੰਗਤਾਂ ਨੇ ਲੰਗਰ ਪ੍ਰਸ਼ਾਦਾ ਨਹੀਂ ਛੱਡਿਆ, ਲੰਗਰ ਜ਼ਰੂਰ ਛੱਕ ਕੇ ਜਾਇਓ ਤੇ ਚਾਹ ਦੇ ਲੰਗਰ ਵੀ ਤਿਆਰ ਨੇ। ਸਾਰੀ ਸੰਗਤ ਨੂੰ ਬੇਨਤੀ ਹੈ, ਬਹੁਤ ਬਹੁਤ ਧੰਨਵਾਦ ਅੰਤ ਵਿੱਚ ਸਾਰੀ ਸੰਗਤ ਦਾ, ਲੰਗਰ ਪ੍ਰਸ਼ਾਦਾ ਜਿਹੜੀਆਂ ਸੰਗਤਾਂ ਨੇ ਨਹੀਂ ਛੱਡਿਆ ਉਹ ਜ਼ਰੂਰ ਛੱਕ ਕੇ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਹੋਰ ਬੇਨਤੀ ਹੈ ਜੋ ਅੱਜ ਦੀ ਰਸਮ ਹੈ ਉਹ ਲੋਕ ਅੱਜ ਦੀ ਰਸਮ ਹੈ।